ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਦੇ ਨਾਲ ਇੱਕ ਬਹੁਤ ਹੀ ਅਨੋਖੀ ਘਟਨਾ ਸਾਂਝੀ ਕਰਾਂਗੇ, ਜਿਸ ਸਮੇਂ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਸਰਸੇ ਵਾਲੇ ਦੇ ਚੇਲਿਆਂ ਨੂੰ ਨਹਿਰ ਦੇ ਵਿੱਚੋਂ ਡੁੱਬਦਿਆਂ ਹੋਇਆਂ ਨੂੰ ਬਚਾਇਆ। ਪੂਰੀ ਵੀਡੀਓ ਦਾ ਅੱਖਰ ਅੱਖਰ ਸੁਣਨ ਵਾਲਾ ਹੈ। ਇਹ ਘਟਨਾ ਰਾਜਸਥਾਨ ਗੰਗਾਨਗਰ ਹਨੂੰਮਾਨਗੜ੍ਹ ਦੇ ਇਲਾਕੇ ਦੀ ਹੈ ਅਤੇ ਇੱਕ ਸਿੱਖ ਪ੍ਰਚਾਰਕ ਨਿਊਜ਼ੀਲੈਂਡ ਤੋਂ ਆਏ ਅਤੇ ਇਸ ਇਲਾਕੇ ਦੇ ਵਿੱਚ ਕੀਰਤਨ ਦਰਬਾਰਾਂ 'ਤੇ ਜਾ ਕੇ ਪ੍ਰਚਾਰ ਦੀ ਡਿਊਟੀ ਨਿਭਾ ਰਹੇ ਸੀ ਅਤੇ ਇੱਕ ਦਿਨ ਉਹ ਸਿੱਖ ਪ੍ਰਚਾਰਕ ਸਿਲਵਾਲਾ ਕਲਾਂ ਨਗਰ ਦੇ ਵਿੱਚ, ਜੋ ਉਸ ਇਲਾਕੇ ਦੇ ਵਿੱਚ ਪੈਂਦਾ ਹੈ, ਉੱਥੇ ਪਹੁੰਚੇ ਅਤੇ ਉਸ ਪਿੰਡ ਦੇ ਵਿੱਚ ਇੱਕ ਗੁਲਾਬ ਸਿੰਘ ਨਾਂ ਦਾ ਵਿਅਕਤੀ ਸੀ ਜੋ ਸਰਸੇ ਵਾਲੇ ਦਾ ਪੱਕਾ ਪ੍ਰੇਮੀ ਸੀ ਅਤੇ ਉਸ ਸਿੱਖ ਪ੍ਰਚਾਰਕ ਨੂੰ ਉਹਨਾਂ ਦੇ ਘਰ ਜਾਣ ਦਾ ਮੌਕਾ ਮਿਲਿਆ ਅਤੇ ਨਾਲ ਕਿਸੇ ਨੇ ਇਹ ਵੀ ਦੱਸਿਆ ਕਿ ਪਰਿਵਾਰ ਕਾਫੀ ਪੈਸੇ ਵਾਲਾ ਹੈ, ਪਰ ਕੁਛ ਸਮੇਂ ਤੋਂ ਇਹ ਸਰਸੇ ਵਾਲੇ ਦੇ ਪਿੱਛੇ ਲੱਗ ਗਏ ਨੇ ਅਤੇ ਜਦ ਉਹ ਗੁਰਸਿੱਖ ਗੁਲਾਬ ਸਿੰਘ ਦੇ ਘਰ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਪਰਿਵਾਰ ਨੂੰ ਸੁਣਾਉਣ ਲੱਗੇ ਤਾਂ ਉਹਨਾਂ ਗੁਰਸਿੱਖ ਪ੍ਰਚਾਰਕ ਨੇ ਦੱਕਿਆ ਕਿ ਗੁਲਾਬ ਸਿੰਘ ਦੇ ਪਰਿਵਾਰ ਦੀਆਂ ਬੀਬੀਆਂ ਕੁਝ ਜਪ ਰਹੀਆਂ ਨੇ ਅਤੇ ਉਹਨਾਂ ਦੇ ਨਾ ਬੁੱਲ ਵੀ ਫੜਕ ਰਹੇ ਸਨ ਅਤੇ ਉਹ ਪ੍ਰਚਾਰਕ ਪਰਿਵਾਰ ਨੂੰ ਅੰਮ੍ਰਿਤ ਛਕਣ ਦੇ ਲਈ ਪ੍ਰੇਰ ਰਹੇ ਸੀ ਅਤੇ ਉਹ ਸਿੱਖ ਪ੍ਰਚਾਰਕ ਉਹਨਾਂ ਨੂੰ ਵਿਚਾਰਾ ਸੁਣਾ ਰਹੇ ਸੀ ਅਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹ ਉਹਨਾਂ ਦੀਆਂ ਗੱਲਾਂ ਨੂੰ ਅਣਸੁਣਿਆ ਜਿਹਾ ਕਰ ਰਹੇ ਨੇ ਤਾਂ ਉਹਨਾਂ ਨੇ ਫਿਰ ਪੁੱਛ ਹੀ ਲਿਆ ਪਰਿਵਾਰ ਨੂੰ ਕਿ ਤੁਹਾਡਾ ਰੁਝਾਨ ਸਰਸੇ ਵਾਲੇ ਵੱਲ ਕਿਉਂ ਹੋ ਗਿਆ, ਤੁਸੀਂ ਗੁਰੂ ਸਾਹਿਬ ਦਾ ਪੱਲਾ ਕਿਉਂ ਛੱਡ ਦਿੱਤਾ। ਤਾਂ ਗੁਲਾਬ ਸਿੰਘ ਦੇ ਪਰਿਵਾਰ ਨੇ ਗੱਲ ਦੱਸੀ ਕਿ ਇੱਥੇ ਦੋ ਜੋੜੀਆਂ ਨਹਿਰਾਂ ਵਗਦੀਆਂ ਨੇ ਅਤੇ ਉਹਨਾਂ ਨਹਿਰਾਂ ਦਾ ਬਹਾਅ ਬਹੁਤ ਹੀ ਜ਼ਿਆਦਾ ਤੇਜ਼ ਹੈ ਅਤੇ ਸਾਡਾ ਪਰਿਵਾਰ ਟਰੈਕਟਰ 'ਤੇ ਜਾ ਰਿਹਾ ਸੀ ਅਤੇ ਟਰੈਕਟਰ ਪਲਟਿਆ ਅਤੇ ਸਾਰਾ ਪਰਿਵਾਰ ਜੋੜੀ ਨਹਿਰ ਦੇ ਵਿੱਚ ਜਾ ਡਿੱਗਾ ਅਤੇ ਉਹ ਨਹਿਰ ਪੱਕੀ ਸੀ ਅਤੇ ਕੋਈ ਵੀ ਉਸ ਨਹਿਰ ਦੇ ਵਿੱਚ ਪੌੜਾ ਨਹੀਂ ਸੀ ਅਤੇ ਨਹਿਰ ਦਾ ਬਹਾਅ ਬਹੁਤ ਜ਼ਿਆਦਾ ਤੇਜ਼ ਸੀ ਅਤੇ ਅਚਾਨਕ ਅਸੀਂ ਚਮਤਕਾਰੀ ਢੰਗ ਦੇ ਨਾਲ ਸਾਰੇ ਜਣੇ ਉਸ ਸਮੇਂ ਬਚ ਗਏ ਅਤੇ ਪਰਿਵਾਰ ਆਖਣ ਲੱਗਾ ਸਾਨੂੰ ਉਸ ਸਮੇਂ ਸਰਸੇ ਵਾਲੇ ਨੇ ਹੀ ਬਚਾਇਆ ਸੀ ਅਤੇ ਗੁਰਸਿੱਖ ਨੇ ਇਹ ਸਾਰੀ ਗੱਲ ਸੁਣੀ ਅਤੇ ਉਸ ਪਰਿਵਾਰ ਨੂੰ ਇੱਕ ਗੁਰੂ ਗੋਬਿੰਦ ਸਿੰਘ ਜੀ ਦੀ ਸਾਖੀ ਸੁਣਾਈ ਜਿਸ ਨੇ ਉਸ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ ਅਤੇ ਇਸ ਤੋਂ ਬਾਅਦ ਉਸ ਪਰਿਵਾਰ ਦੇ ਨਾਲ ਇੱਕ ਪ੍ਰਤੱਖ ਚਮਤਕਾਰ ਵੀ ਵਰਤਿਆ ਅਤੇ ਜੋ ਸਾਖੀ ਗੁਰੂ ਸਾਹਿਬ ਦੀ ਸੁਣਾਈ ਉਹ ਸਾਨੂੰ ਵੀ ਸੁਣਨੀ ਚਾਹੀਦੀ ਹੈ, ਸ਼ਾਇਦ ਸਾਡੇ ਜੀਵਨ ਦੇ ਵਿੱਚ ਵੀ ਕੋਈ ਤਬਦੀਲੀ ਹੋ ਸਕੇ। ਉਹਨਾਂ ਸਾਖੀ ਸੁਣਾਈ ਕਿ ਇੱਕ ਗੁਰਸਿੱਖ ਬਾਣੀ ਵਾਲੇ ਜੋ ਗੁਰੂ ਕਲਗੀਧਰ ਪਾਤਸ਼ਾਹ ਨੂੰ ਬਹੁਤ ਪ੍ਰੇਮ ਕਰਨ ਵਾਲੀ ਸੀ, ਪਰ ਉਸਦੀ ਘਰਵਾਲੀ ਲਾਲਾਂ ਵਾਲੇ ਨੂੰ ਮੰਨਦੀ ਸੀ ਅਤੇ ਜਦ ਕੋਈ ਗੱਲ ਚੱਲਦੀ ਤਾਂ ਬੀਬੀ ਇੱਕੋ ਗੱਲ ਕਹਿੰਦੀ ਸੀ ਕਿ ਦੇਖੋ ਕਿੰਨੇ ਸੋਹਣੇ ਲਾਲ ਨੇ ਜੋ ਮੇਰੇ ਲਾਲਾਂ ਵਾਲੇ ਨੇ ਦਿੱਤੇ ਨੇ, ਪਰ ਉਹ ਗੁਰਸਿੱਖ ਕਹਿੰਦਾ ਸੀ ਕਿ ਨਹੀਂ, ਇਹ ਗੁਰੂ ਕਲਗੀਧਰ ਪਾਤਸ਼ਾਹ ਨੇ ਦਿੱਤੇ ਨੇ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਤੇਰੇ ਕਿਸੇ ਲਾਲਾਂ ਵਾਲੇ ਨੇ ਇਹ ਦੋਵੇਂ ਲੜਕੇ ਨਹੀਂ ਦਿੱਤੇ। ਅਤੇ ਸਮਾਂ ਆਉਂਦਾ ਹੈ, ਸਿਆਲ ਸ਼ੁਰੂ ਹੁੰਦਾ ਹੈ ਅਤੇ ਉਹ ਸਿੰਘ ਕਹਿੰਦਾ ਹੈ ਕਿ ਚੱਲ ਮੈਂ ਤੈਨੂੰ ਅਤੇ ਮੇਰੇ ਪੁੱਤਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਵਾਵਾਂ। ਅਤੇ ਸਾਰਾ ਪਰਿਵਾਰ ਅਨੰਦਪੁਰ ਸਾਹਿਬ ਚੱਲ ਪਿਆ ਅਤੇ ਉਹ ਸਿੰਘ ਗੁਰੂ ਸਾਹਿਬ ਦੀਆਂ ਵਡਿਆਈਆਂ ਸੁਣਾਉਂਦਾ ਹੈ, ਪਰ ਉਸ ਬੀਬੀ ਨੂੰ ਉਹ ਚੰਗੀਆਂ ਨਹੀਂ ਲੱਗਦੀਆਂ ਅਤੇ ਰਸਤੇ ਦੇ ਵਿੱਚ ਦਰਿਆ ਆਇਆ ਅਤੇ ਉਹ ਬੀਬੀ ਫਿਰ ਕਹਿਣ ਲੱਗੀ ਕਿ ਦੇਖੋ ਮੇਰੇ ਲਾਲ ਕਿੰਨੇ ਸੋਹਣੇ ਨੇ ਜੋ ਮੇਰੇ ਲਾਲਾਂ ਵਾਲੇ ਨੇ ਦਿੱਤੇ ਨੇ। ਇਹ ਗੱਲ ਕਹਿਣ ਦੀ ਹੀ ਦੇਰ ਸੀ, ਸਿੰਘ ਨੂੰ ਗੁੱਸਾ ਆਇਆ, ਉਸਨੇ ਮੋਢਿਆਂ 'ਤੇ ਚੁੱਕੇ ਦੋਵੇਂ ਲੜਕੇ ਦਰਿਆ ਦੇ ਵਿੱਚ ਸੁੱਟ ਦਿੱਤੇ ਅਤੇ ਆਖਿਆ, ਜੇ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੇ ਹੋਏ ਤਾਂ ਬਚ ਜਾਣਗੇ, ਜੇ ਤੇਰੇ ਲਾਲਾਂ ਵਾਲੇ ਦੇ ਹੋਣਗੇ ਤਾਂ ਡੁੱਬ ਕੇ ਮਾਰੇ ਜਾਣਗੇ। ਅਤੇ ਬੀਬੀ ਉਸ ਸਮੇਂ ਰੋਣ ਲੱਗੀ। ਸਿੰਘ ਨੇ ਬੀ ਰਸ ਦੇ ਵਿੱਚ ਬੀਬੀ ਨੂੰ ਦਬਕਾ ਮਾਰਿਆ ਅਤੇ ਸ਼੍ਰੀ ਸਾਹਿਬ ਨੂੰ ਹੱਥ ਪਾਇਆ ਅਤੇ ਕਿਹਾ, ਤੈਨੂੰ ਵੀ ਨਾਲ ਭੇਜ ਦਿਆਂਗਾ, ਜੇ ਨਹੀਂ ਤਾਂ ਚੁੱਪ ਕਰਕੇ ਮੇਰੇ ਨਾਲ ਤੁਰ। ਅਤੇ ਬੀਬੀ ਹੌਂਕੇ ਲੈਂਦੀ, ਰੋਂਦੀ, ਖਲਾਉਂਦੀ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜਾ ਪਹੁੰਚੀ ਅਤੇ ਗੁਰੂ ਸਾਹਿਬ ਜੀ ਤਖ਼ਤ 'ਤੇ ਸਜੇ ਨੇ ਅਤੇ ਲੋਈ ਦੀ ਬੱਕਲ ਗੁਰੂ ਸਾਹਿਬ ਜੀ ਨੇ ਮਾਰੀ ਹੋਈ ਹੈ, ਕਿਉਂਕਿ ਪਹਾੜਾਂ ਦੀ ਠੰਡੀ ਹਵਾ ਚੱਲ ਰਹੀ ਹੈ ਅਤੇ ਬੇਅੰਤ ਸੰਗਤਾਂ ਰਸਤਾ ਬਸਤਾ ਲੈ ਕੇ ਪਹੁੰਚ ਰਹੀਆਂ ਨੇ। ਗੁਰੂ ਸਾਹਿਬ ਦੀ ਕਲਗੀ ਹਿੱਲ ਰਹੀ ਹੈ। ਸਿੰਘ ਸੱਜੇ ਖੱਬੇ ਅੱਗੇ ਪਿੱਛੇ ਬਰਛੇ ਖੰਡੇ ਕਿਰਪਾਨਾਂ ਬੰਦੂਕਾਂ ਲੈ ਕੇ ਖੜ੍ਹੇ ਨੇ। ਕੋਈ ਸਿੰਘ ਗੁਰੂ ਸਾਹਿਬ ਜੀ ਨੂੰ ਚੋਰ ਕਰ ਰਿਹਾ ਹੈ ਅਤੇ ਸਮਾਂ ਬਣਿਆ ਅਤੇ ਇਸ ਜੋੜੇ ਨੇ ਵੀ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ। ਸਿੰਘਾਂ ਵਿੱਚ ਬੈਠ ਗਿਆ ਅਤੇ ਬੀਬੀ ਬੀਬੀਆਂ ਦੇ ਵਿੱਚ ਜਾ ਬੈਠੀ। ਗੁਰੂ ਸਾਹਿਬ ਨੇ ਬੁੱਕਲ ਮਾਰੀ ਹੋਈ ਹੈ ਲੋਈ ਦੀ ਅਤੇ ਪਾਤਸ਼ਾਹ ਸਜੇ ਹੋਏ ਨੇ। ਬੀਬੀ ਜਦ ਦਰਬਾਰ ਦੇ ਵਿੱਚ ਬੈਠੀ ਹੈ ਤਾਂ ਹੋ ਕੇ ਲੈ ਕੇ ਵਿੱਚ ਰੋ ਰਹੀ ਹੈ। ਗੁਰੂ ਸਾਹਿਬ ਨੇ ਪੁੱਛਿਆ ਕਿ ਇਸ ਬੱਚੀ ਨੂੰ ਬੁਲਾਵੋ, ਇਹ ਕਿਉਂ ਰੋ ਰਹੀ ਹੈ? ਤਾਂ ਬੁਲਾਇਆ, ਨਮਸਕਾਰ ਕੀਤੀ ਹੈ ਅਤੇ ਕਿਹਾ ਕਿ ਮੇਰੇ ਦੋ ਪੁੱਤਰ ਸੀ ਪਾਤਸ਼ਾਹ, ਤੁਹਾਡੇ ਸਿੰਘ ਨੇ ਦਰਿਆ ਦੀ ਪੇੜ ਚੜ੍ਹਾ ਦਿੱਤੇ। ਅਤੇ ਸਿੰਘ ਨੂੰ ਵੀ ਗੁਰੂ ਸਾਹਿਬ ਨੇ ਉਸ ਸਮੇਂ ਫਿਰ ਬੁਲਾਇਆ। ਅੱਖਾਂ ਜਲ ਦੇ ਨਾਲ ਸਿੰਘ ਦੀਆਂ ਪਰੀਆਂ ਨੇ ਅਤੇ ਸਿਰ ਝੁਕਿਆ ਹੋਇਆ ਹੈ। ਪੁੱਤਰਾ, ਕੀ ਕੀਤਾ ਤੂੰ? ਗੁਰੂ ਸਾਹਿਬ ਜੀ ਨੇ ਆਖਿਆ। ਸੰਖੇਪ 'ਚ ਸਾਰੀ ਸਿੰਘ ਨੇ ਗੱਲ ਦੱਸੀ ਅਤੇ ਗੁਰੂ ਸਾਹਿਬ ਜੀ ਭਰੀ ਸੰਗਤ ਦੇ ਵਿੱਚ ਬੈਠੇ ਅਤੇ ਜਲਾਲ ਆਇਆ ਚਿਹਰੇ 'ਤੇ ਅਤੇ ਹਲਕਾ ਜਿਹਾ ਮੁਸਕਰਾਏ ਅਤੇ ਆਖਿਆ, ਭਾਈ, ਕਿਸੇ ਲਾਲਾਂ ਵਾਲੇ ਨੇ ਨਹੀਂ ਦਿੱਤੇ, ਉਹ ਗੁਰੂ ਨਾਨਕ ਦੇ ਦਿੱਤੇ ਸਨ ਅਤੇ ਜਿਸ ਸਮੇਂ ਤੁਸੀਂ ਸਿੱਟੇ ਦਰਿਆ ਦੇ ਵਿੱਚ ਅਤੇ ਤੁਰ ਦਰਗਾਹ ਹੋ, ਗੁਰੂ ਨਾਨਕ ਦਾ ਹੁਕਮ ਹੋਇਆ ਅਤੇ ਗੁਰੂ ਸਾਹਿਬ ਨੇ ਉਸ ਸਮੇਂ ਜਿਸ ਲੋਈ ਦੀ ਬੁੱਕਣ ਮਾਰੀ ਸੀ ਉਹ ਲੋਈ ਖੋਲ੍ਹੀ ਤਾਂ ਇੱਕ ਪੁੱਤ ਸੱਜੇ ਪੱਟ 'ਤੇ ਅਤੇ ਦੂਜਾ ਪੁੱਤ ਖੱਬੇ ਪੱਟ 'ਤੇ ਬੈਠਾ ਸੀ ਅਤੇ ਦੋਵੇਂ ਬੱਚੇ ਗੋਦੀ 'ਚੋਂ ਭੱਜੇ ਅਤੇ ਆਪਣੀ ਜਾ ਮਾਂ ਨੂੰ ਮਿਲੇ।
खैर ये सारी घटना साखी उस गुलाब सिंह ते उसके परिवार नूं सुनाई ते उस गुरसिख ने उस समय परिवार नूं कहा कि तुहानूं किसी झूठे सौदे वाले ने नहीं बचाया, ये जो तुसी अज साह लै रहे हो ये सच्ची सरकार गुरु गोबिंद सिंह जी की बदौलत लै रहे हो। तो ये गल्लां करदिआं रात दे तकरीबन 10:30 बज चुके सन ते गल्लां करके गुलाब सिंह दे घरों वह गुरसिख लागे ही पिंड मसाणी नगर विच जा पहुंचे। खैर दूजा दिन चढ़दा है ते वह गुरसिख उस इलाके तो पंजाब नूं जा रहे सी ते पिछों एक सिंह दा जो बलजिंदर सिंह नाम है उसका फोन आया तो उसने कहा कि गुलाब सिंह का फोन आया सी कि असी सारे परिवार ने अमृत छकना है। तो उस गुरसिख ने कहा कि तुसी उना तो पुछो कि इस तरह का मन दे विच परिवर्तन किवें। तो परिवार ने दसिया कि सारे परिवार नूं रात वेले इको ही सुपना आया कि परिवार ट्रैक्टर से जा रहा है तो उसे जोड़ी नहर दे विच डिगदा है तो कलगीधर पातशाह बहुत विराट स्वरूप दे विच आ के उना नूं जिवें उह पहले निकले सी फड़ फड़ के कढ रहे ने ते रो रो के गुलाब सिंह ने दस कि हुण साढ़े सारे परिवार को तसली हो गई है, सानू सरसे वाले ने नहीं गुरु कलगीधर पातशाह ने आप चमत्कारी ढंग दे नाल बचाया सी। ते उन्हां दस्या जो बीबियां साडियां उस समय मंत्र मूंह दे विच पढ़ रहियां सी वह इस करके पढ़ रही सी कि इन्हों का जो गुरु साहब की ये साखी सुना रहे वो साढ़े ते असर ना हो सानू सरसे वाले ने कोई मंत्र वगैरह दिता सी। गुलाब सिंह ने दसिया वह बीबियां वह मंत्र पढ़ रही सी। इन बेनतियां प्रवान जी वाहिगुरू जी का खालसा वाहिगुरू जी की फतेह।